सूट है जिहड़े तुहाडे नाल शेयर करदी हां कि किवें असीं उहनां दे बटन्स ला के थोड़ा जिहा उहनूं एक्सट्राऑर्डिनरी जिहड़ा सूट आ बनाउणे आ। सो ये जिहड़े डिज़ाइन हैगे आ जी, मैं तुहाडे नाल पहलां शेयर कर चुकी हाँ, सो मैं फिर भी दिखा दिंदी हां तुहानूं भी अलग अलग शेड ते, जिवें मैं हर वारी कहिंदी हां कि जिहड़ी इहदी फिनिशिंग है या वर्क दा जिहड़ा लुक है वह चेंज हो जाती है। सो ये रूबी जिहा शेड आ जी, मैं रूबी टोन है। सो ये प्योर ते बनिया होया, इहदे ते तुसीं फिनिशिंग देखो जी, साइड्स ते असीं लेसिस दित्तियां होईआं, विच पाइपिंग दित्ती हुई है। और स्पैशल ये हैगा कि इहनूं असीं बटनस देखो, तुसीं पोटली बटन लगाए हुए है और इहनां दी थोड़ी जी स्पैशल जी जिहड़ी डिजाइनिंग दित्ती हुई है, क्योंकि जिहड़ी स्टिचिंग है उहनां नूं देख के ही पता चल जांदा कि ਕਿਵੇਂ ਦੇ ਹੋਏ ਹੋਣਗੇ ਸੂਟ। ਸੋ ਇੱਥੇ ਹੀ ਕੱਟ ਵਰਕ ਸੀ, ਸੋ ਅਸੀਂ ਇਹਨੂੰ ਕੋਈ ਵੀ ਲੇਸ ਨਹੀਂ ਦਿੱਤੀ ਹੋਈ। ਔਰ ਨਾਲ ਇਹਦੇ ਸਲਵਾਰ ਆ ਜਿਹੜੀ ਉਹ ਬਿਲਕੁਲ ਛੋਟਾ ਪਹੁੰਚਾ, ਜਿਵੇਂ ਕਿ ਵਧੀਆ ਸੂਟਸ ਦਾ, ਜਿਵੇਂ ਮੈਨੂੰ ਐਕਚੁਅਲੀ ਛੋਟਾ ਹੀ ਪਹੁੰਚਾ ਪਸੰਦ ਹੈ, ਸੋ ਇਵੇਂ ਦੀ ਅਸੀਂ ਇਹਨੂੰ ਦਿੱਤਾ ਹੋਇਆ। ਇਹ ਜਿਹੜੀ ਹੈ ਪਹੁੰਚਾ ਪਾ ਕੇ ਸਲਵਾਰ ਬਣਾਈ ਹੋਈ ਹੈ, ਨਹੀਂ ਅਸੀਂ ਜਿਹੜੀ ਪਾਕਿਸਤਾਨੀ ਸਲਵਾਰ ਵੀ ਬਣਾਉਂਦੇ ਹਾਂ, ਇਹ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਹੋ ਜਾਂਦਾ ਜੀ। ਔਰ ਇਹ ਦੇਖੋ ਜੀ, ਇਹ ਦੁਪੱਟੇ ਦਾ ਬਣ ਗਿਆ ਸਾਰਾ ਵਰਕ। ਸੋ ਇਹ ਬਹੁਤ ਹੀ ਸੋਹਣੇ ਅਸੀਂ ਸੇਮ ਸ਼ੇਡ ਦੇ ਜਿਹੜਾ ਕਲਰ ਕੰਬੀਨੇਸ਼ਨ ਦੇ ਕੇ ਆ ਜਿਹੜਾ ਇਹ ਸੂਟ ਬਣਾਇਆ। ਚਨੌਨ ਦੁਪੱਟੇ 'ਤੇ ਵਰਕ ਕੀਤਾ ਜੀ, ਇਹ ਤੁਸੀਂ ਔਰਗੈਂਜ਼ਾ ਦੁਪੱਟੇ 'ਤੇ ਜਿਹੜੇ ਪਹਿਲਾਂ ਅਸੀਂ ਵਰਕ ਕੀਤੇ ਦੇਖੇ ਹੋਣੇ ਆ, ਇਹ ਚਨੌਨ 'ਤੇ ਹੈ। ਚਨੌਨ 'ਤੇ ਵੀ ਇਹਦੀ ਬਹੁਤ ਵਧੀਆ ਗ੍ਰੇਸ ਆਉਂਦੀ ਹੈ, ਤੁਸੀਂ ਚਨੌਨ 'ਤੇ ਵੀ ਬਣਾ ਸਕਦੇ ਹੋ। ਜਿਵੇਂ ਕਿ ਥੋੜ੍ਹੇ ਜਿਹੇ ਓਲਡ ਲੇਡੀਜ਼ ਨੇ ਬਣਾਉਣਾ ਹੁੰਦਾ ਤਾਂ ਥੋੜ੍ਹੇ ਜਿਹੇ ਔਰਗੈਂਜ਼ਾ ਜਿਹੜਾ ਕੰਫਰਟੇਬਲ ਨਹੀਂ ਹੁੰਦਾ, ਸੋ ਤੁਸੀਂ ਇਹਨੂੰ ਚਨੌਨ 'ਤੇ ਵੀ ਬਣਾ ਸਕਦੇ।